ਸਭ ਤੋਂ ਪਹਿਲੇ ਕੁਐਸਚਨ ਦੀ ਗੱਲ ਕਰਦੇ ਹਾਂ ਅੰਗਰੇਜ਼ਾਂ ਨੇ 1870 ਵਿੱਚ ਸ਼ੇਖੂਪੁਰਾ ਕਿਲੇ ਵਿੱਚ ਕਿਸ ਨੂੰ ਬੰਦ ਕੀਤਾ ਸੀ ਹੂ ਵਾਸ ਲੌਕਡ ਅਪ ਇਨ ਸ਼ੇਖੂਪੁਰਾ ਫੋਰਟ ਬਾਏ ਦਾ ਬ੍ਰਿਟਿਸ਼ਰ ਇਨ 1847 ਏਡੀ ਤਾਂ ਇਸ ਦਾ ਸਹੀ ਆਨਸਰ ਹੈ ਜੀ ਮਹਾਰਾਣੀ ਜਿੰਦਾ ਇਹ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਸੀ ਤੇ ਇਹਨਾਂ ਨੂੰ ਇੱਥੇ ਕੈਦ ਰੱਖਿਆ ਗਿਆ ਸੀ ਇਸ ਤੋਂ ਬਾਅਦ ਅਗਲਾ ਕੁਐਸਚਨ ਭਾਈ ਮਨੀ ਸਿੰਘ ਨੂੰ ਕਿਸ ਮੁਗਲ ਸੂਬੇਦਾਰ ਨੇ ਸ਼ਹੀਦ ਕੀਤਾ ਭਾਈ ਮਨੀ ਸਿੰਘ ਜੀ ਵਾਸ ਮਾਰਟਇਰਡ ਬਾਈ ਵਿਚ ਮੁਗਲ ਸੂਬੇਦਾਰ इसका सही आंसर है जी जकरिया खान इस तो बाद अगला क्वेश्चन खालसा पंथ की स्थापना कदो की गई वेंटेड खालसा पंथ एस्टैबलिश तो इसका सही आंसर है जी सोलह सौ सो निन्यानवे ईस्वी विसाखी वाले दिन ਤੇ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ। ਅਗਲਾ ਕੁਐਸਚਨ ਬੰਦਾ ਬਹਾਦਰ ਨੇ ਕਿਸ ਪ੍ਰਥਾ ਦਾੰਤ ਕੀਤਾ? ਵਿਚ ਸਿਸਟਮ ਬਾਜ਼ ਅਬੋਲਿਸ਼ਡ ਬਾਈ ਬੰਦਾ ਸਿੰਘ ਬਹਾਦਰ। ਤਾਂ ਇਸ ਦਾ ਸਹੀ ਆਨਸਰ ਹੈ ਜੀ ਜ਼ਿਮੀਦਾਰੀ ਪ੍ਰਥਾ ਇਸ ਤੋਂ ਬਾਅਦ ਅਗਲਾ ਕੁਐਸਚਨ ਇਬਰਾਹਿਮ ਲੋਧੀ ਦੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ ਹੂ ਵਾਸ ਦਾ ਗਵਰਨਰ ਆਫ ਪੰਜਾਬ ਐਟ ਦਾ ਟਾਈਮ ਆਫ ਇਬਰਾਹਿਮ ਲੋਧੀ ਤਾਂ ਇਸ ਦਾ ਸਹੀ ਆਨਸਰ ਹੈ ਜੀ ਦੌਲਤ ਖਾਨ ਲੋਧੀ ਅਗਲਾ ਕੁਐਸਚਨ ਲਾਰਡ ਹੈਡਿੰਗ ਨੇ ਦਿੱਲੀ ਨੂੰ ਰਾਜਧਾਨੀ ਬਣਾ ਕੇ ਪੰਜਾਬ ਤੋਂ ਵੱਖ ਕਦੋਂ ਕੀਤਾ

ਤਾਂ ਇਸ ਦਾ ਸਹੀ ਆਨਸਰ ਹੈ ਜੀ ਖਡੂਰ ਸਾਹਿਬ ਅਗਲਾ ਕੁਐਸਚਨ ਗੁਰੂ ਰਾਮਦਾਸ ਜੀ ਨੇ ਸੰਗਤ ਤੋਂ ਮਾਇਆ ਇਕੱਠੀ ਕਰਨ ਲਈ ਕਿਹੜੀ ਪ੍ਰਥਾ ਚਲਾਈ ਗੁਰੂ ਰਾਮਦਾਸ ਜੀ ਸਟਾਰਟਡ ਵਿਚ ਸਿਸਟਮ ਟੂ ਕਲੈਕਟ ਮਨੀ ਫਰੋਮ ਹਿਸ ਫਾਲੋਅਰਸ ਤਾਂ ਇਹਦਾ ਸਹੀ ਆਨਸਰ ਹੈ ਜੀ ਮਸੰਦ ਪ੍ਰਥਾ ਮਸੰਦ ਸਿਸਟਮ ਅਗਲਾ ਕੁਐਸਚਨ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਨੂੰ ਪੈੰਤ੍ਰਿਕ ਕਰਨ ਦਾ ਵਰ ਕਿਸ ਨੂੰ ਦਿੱਤਾ ਗੁਰੂ ਅਮਰਦਾਸ ਜੀ ਬles ਹோம் ਵਿਦ ਹੈਰੀਡਿਟਰੀ ਗੁਰੂਸ਼ਿਪ ਤਾਂ ਇਸ ਦਾ ਸਹੀ ਆਨਸਰ ਹੈ ਜੀ ਬੀਬੀ ਭਾਨੀ ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ ਤੇ ਗੁਰੂ ਰਾਮਦਾਸ ਜੀ ਦੀ ਪਤਨੀ ਤੇ ਇਹਨਾਂ ਨੂੰ ਵਰ ਮਿਲਿਆ ਸੀ ਕਿ ਇਹਨਾਂ ਤੋਂ ਬਾਅਦ ਜੋ ਗੁਰਗੱਦੀ ਹੈ ਉਹ ਹੈਰਿਡਿਟਰੀ ਹੋ ਜਾਵੇਗੀ ਇਸੇ ਕਰਕੇ ਜੋ ਪੰਜਵੇਂ ਗੁਰੂ ਬਣੇ ਸੀਗੇ ਉਹ ਬੀਬੀ ਭਾਨੀ ਜੀ ਤੇ ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਬਣੇ ਸੀ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਦਾ ਬਟਨ ਜ਼ਰੂਰ ਦਬ ਦੇਣਾ ਥੈਂਕ ਯੂ